ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਦੇ ਸੁਪਰਸਟਾਰਸ ਨੂੰ ਤੁਹਾਡੇ ਰੂਬਰੂ ਕਰਵਾਉਂਦੇ ਹੋਏ ਨੰਬਰ 1 ਚੈਟ ਸ਼ੋਅ ਦੇ ਨਾਲ ਇੱਕ ਵਾਰ ਫਿਰ ਹਾਜ਼ਰ ਹੈ ਜੀ ਤੁਹਾਡਾ ਸਾਹਿਲ ਤੇ ਇਸ ਨੰਬਰ 1 ਚੈਟ ਸ਼ੋਅ ਦਾ ਨਾਂ ਹੈ ਜੀ ਪੀਟੀਸੀ ਸ਼ੋਕੇਸ ਦੋਸਤੋ ਅੱਜ ਮੇਰੇ ਸ਼ੋਅ ਦੇ ਵਿੱਚ ਮੇਰੇ ਖਾਸ ਮਹਿਮਾਨ ਨੇ ਉਹ ਜੋ ਸਾਨੂੰ ਇੰਡੀਆ ਦੇ ਬਾਰੇ ਦੱਸਣਗੇ ਜੀ ਹਾਂ ਦੋਸਤੋ ਆਉਣ ਵਾਲੀ ਫਿਲਮ ਇਹ ਹੈ ਇੰਡੀਆ ਦੇ ਐਕਟਰ ਗੈਵੀ ਚੈਲ ਤੇ ਡਾਇਰੈਕਟਰ ਲੌਮ ਹਰਸ਼ ਕਰਦੇ ਆ ਜੀ ਇਹਨਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਗੈਵੀ ਬਾਜੀ ਸਤਿ ਸ਼੍ਰੀ ਅਕਾਲ ਸਾਹਿਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਲਵ ਮਰਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਇਸ ਸ਼ੋਅ ਕੇਸ ਦੇ ਵਿੱਚ ਥੈਂਕ ਯੂ ਸਭ ਤੋਂ ਪਹਿਲਾਂ ਗੈਵੀ ਬਾਜੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਡਾਇਰੈਕਟਰ ਸਾਹਿਬ ਨੇ ਵੀ ਬਹੁਤ-ਬਹੁਤ ਮੁਬਾਰਕਾਂ ਨਵੀਂ ਫਿਲਮ ਦੇ ਵਾਸਤੇ ਇਹ ਹੈ ਇੰਡੀਆ ਇਹ ਹੈ ਇੰਡੀਆ ਬਹੁਤ ਆਪਣੇ ਆਪ ਚ ਬਹੁਤ ਕੁਝ ਕਹਿੰਦੀ ਹੈ ਹਾਂ ਜੀ ਕਿਉਂਕਿ ਜਦੋਂ ਵੀ ਆਪਾਂ ਨਾਮ ਸੁਣਦੇ ਆ ਇਹ ਹੈ ਇੰਡੀਆ ਤੇ ਇੱਕ ਅਲੱਗ ਹੀ ਪਤਾ ਚੱਲਦਾ ਹੈ ਕਿ ਇੰਡੀਆ ਕੀ ਹੈ ਤੇ ਸੋ ਫਿਰ ਵੀ ਇਹ ਸਟੋਰੀ ਹੈ ਕਿ ਆਪਾਂ ਇੱਥੋਂ ਸ਼ੁਰੂਆਤ ਕਰਦੇ ਹਾਂ ਜੀ ਜਿਵੇਂ ਤੁਸੀਂ ਹੁਣੇ ਗੱਲ ਕੀਤੀ ਹੈ ਟਾਈਟਲ ਵੀ ਇਹ ਹੈ ਇੰਡੀਆ ਇੰਡੀਆ ਬਾਰੇ ਪਰ ਇੱਕ ਐਨ ਆਰ ਆਈ ਮੁੰਡੇ ਦੀ ਜਰਨੀ ਹੈਗੀ ਆ ਹਾਂ ਜੀ ਜਿਹਨੂੰ ਅਸੀਂ ਅਦਾ ਕਿ ਵੀ ਆਪਣੇ ਭਾਰਤ ਦੀ ਇਮੇਜ ਜਿਹੜੇ ਦੇਸ਼ ਤੋਂ ਬਾਹਰ ਪੂਰੇ ਗਲੋਬ ਦੇ ਉੱਤੇ ਇੱਕ ਬਹੁਤ ਹੀ ਵਧੀਆ ਨਹੀਂ ਹੈਗੀ ਕੋਈ ਕਹਿੰਦਾ ਜੇ ਪਛੜਿਆ ਹੋਇਆ ਦੇਸ਼ ਆ ਕੋਈ ਕਹਿੰਦਾ ਗਰੀਬ ਦੇਸ਼ ਆ ਸੋ ਉਸ ਲੜਕੇ ਦੀ ਜਰਨੀ ਦੇ ਥਰੂ ਕਿ ਐਕਚੁਅਲ ਇੰਡੀਆ ਕੀ ਹੈ ওকে ਉਹਦਾ ਲੋਕਾਂ ਤੱਕ ਚੰਗਾ ਅਸਰ ਜਿਹੜੀ ਅਸਲੀ ਇਹਦੀ ਸਭਿਅਤਾ ਹੈਗੀ ਹੈ ਅਸਲੀ ਜਿਹੜਾ ਭਾਰਤ ਦਾ ਯੋਗਦਾਨ ਹੈ ਦੁਨੀਆ ਦੇ ਲਈ ਹਾਂ ਹਾਂ ਉਹ ਕੀ ਹੈ ਉਹ ਸਾਰਾ ਇਸ ਫਿਲਮ ਦੀ ਜਰਨੀ ਇਸ ਮੁੰਡੇ ਦੀ ਜਰਨੀ ਦੇ ਦੌਰਾਨ ਦਿਖਾਇਆ ਗਿਆ ਕਿਆ ਬਾਤ ਹੈ ਵਾਕੇ ਜੀ ਸੋ ਡਾਇਰੈਕਟਰ ਸਾਹਿਬ ਜੋ ਨੇ ਇਸ ਫਿਲਮ ਦੇ ਲਮ ਹਰਸ਼ੀ ਉਹ ਵੀ ਸਟੱਡਨਲ ਜੁੜੇ ਹੋਏ ਨੇ ਭਾਜੀ ਬਹੁਤ ਮੁਸ਼ਕਲ ਹੁੰਦਾ ਹੈ ਇਹੋ ਜੀ ਚੀਜ਼ਾਂ ਨੂੰ ਬਣਾਉਣਾ ਕਿਉਂਕਿ ਤੁਹਾਨੂੰ ਰਿਸਰਚ ਬਹੁਤ ਕਰਨੀ ਪੈਂਦੀ ਹੈ ਇਹੋ ਜੀ ਚੀਜ਼ਾਂ ਦੇ ਉੱਤੇ ਕਿਉਂਕਿ ਜਿਹੜੀ ਚੀਜ਼ ਤੁਸੀਂ ਸਕਰੀਨ ਤੇ ਦਿਖਾਉਣ ਜਾ ਰਹੇ ਹੋ ਉਹਦੇ ਨਾਲ ਜਿਹਨੂੰ ਕਹਿੰਦੇ ਨੇ ਕਿ ਇੱਕ ਇਨਸਾਫ ਕਰਨਾ ਬਹੁਤ ਜ਼ਰੂਰੀ ਹੁੰਦਾ ਕੁਝ ਵੀ ਤੁਸੀਂ ਨਹੀਂ ਦਿਖਾ ਸਕਦੇ ਤੁਹਾਨੂੰ ਮੈਂ ਰਿਸਰਚ ਦੀ ਗੱਲ ਦੱਸਦਾ ਇਹ ਕਹਾਣੀ ਮੇਰੇ ਹਿਸਾਬ ਨਾਲ ਇਹਨਾਂ ਦੀ ਆਪਦੀ ਹੈ ਅੱਛਾ ਜੀ ਇਹ ਆਪਣੇ ਆਸਟ੍ਰੇਲੀਆ ਸਿਟੀਜ਼ਨ ਸੀਗੇ ਉਹਦੇ ਬਾਰੇ ਆਪਾਂ ਬਾਤ ਗੱਲ ਕਰਦੇ ਇਹਨਾਂ ਦੀ ਆਪਦੀ ਕਹਾਣੀ ਹੈ ਜਿਹੜੀਆਂ ਚੀਜ਼ਾਂ ਇਹਨਾਂ ਨੇ ਅਬਜ਼ਰਵ ਕੀਤੀਆਂ ਇਹਨਾਂ ਨਾਲ ਬੀਤੀਆਂ ਉਹ ਇਹਨਾਂ ਨੇ ਪੈਨ ਡਾਉਨ ਕਰਤੀ ਹੈ ਅੱਛਾ ਫਿਲਮ ਇਜ਼ ਬੇਸਡ ਔਨ ਅ ਰੀਅਲ ਲਾਈਫ ਇਨਸੀਡੈਂਟ ਬਿਲਕੁਲ ਜੀ ਤਾਂ ਇਹ ਕਹਾਣੀ ਹਰ ਉਸ ਇੰਡੀਅਨ ਕੀ ਹੈ ਜਿਸਨੇ ਓਵਰ ਸੀਜ਼ ਮੇ ਟ੍ਰੈਵਲ ਕੀਤਾ ਹੈ क्योंकि आप अगर बात करें और ओवरसीज इंडियंस में सबसे ज्यादा कंट्रीब्यूशन पंजाब का है आज इंडिया की अगर एक आइडेंटिटी है पहचान है तो वो पंजाबियों से पहले है मुझे अच्छा। देख के कोई नहीं बोलता कि आप इंडियन है क्या बट एक पंजाबी को देख के बोलते हैं तो पंजाब एंड ऑफ पंजाब एंड कल्चर दे आर द रिप्रेजेंटेटर सो ए रीजन है ਅਜਿਵੇਂ ਕਿ ਤੁਸੀਂ ਕਿਹਾ ਕਿ ਜਦੋਂ ਵੀ ਪੰਜਾਬੀ ਨੂੰ ਦੇਖਦੇ ਨੇ ਤਾਂ ਹੀ ਉਹ ਕਹਿੰਦੇ ਨੇ ਹੀ ਇਜ਼ ਇੰਡੀਅਨ ਕਿਉਂਕਿ ਜੇ ਆਪਾਂ ਨਾਨ ਪੰਜਾਬੀ ਦੀ ਗੱਲ ਕਰ ਲਈਏ ਤਾਂ ਕੀ ਹੁੰਦਾ ਕਿ ਉਹ ਸਿਮਿਲਰ ਨੇ ਸ਼੍ਰੀਲੰਕਨਸ ਹੋ ਗਏ ਬੰਗਲਾਦੇਸ਼ੀ ਹੋ ਗਏ ਪਾਕਿਸਤਾਨੀ ਹੋ ਗਏ ਇੰਡੀਅਨ ਸੋ ਫੇਸ ਇਸ ਸਿਮਿਲਰ ਨੇ ਬਟ ਜਦੋਂ ਪੰਜਾਬੀ ਦੇਖਦਾ ਕੋਈ ਇਨਸਾਨ ਤਾਂ ਇਹ ਇੰਡੀਅਨ ਬਿਲਕੁਲ ਸਹੀ ਹੈ ਨਾ ਸਹੀ ਜੀ ਜੀ ਉਹ ਵੀ ਨਹੀਂ ਹੈ ਸਰ ਪੰਜਾਬ ਦਾ ਕੰਟਰੀਬਿਊਸ਼ਨ ਬਹੁਤ ਜ਼ਿਆਦਾ ਹੈ ਅੱਜ ਮਤਲਬ ਕਿਤਨੇ ਸਾਲੋਂ ਸੇ ਮਤਲਬ ਆਈ ਥਿੰਕ ਇਟਸ ਮੋਰ ਦਨ 200 ইয়ার ਪੰਜਾਬੀ ਕਮਿਊਨਿਟੀ ਇੱਕ ਪਹਿਲੀ ਐਸੀ ਕਮਿਊਨਿਟੀ ਹੈ ਜਿਸਨੇ ਇਸ ਕੰਟਰੀ ਨੂੰ ਛੋ migrate hona shuru kiya tha so that is the another reason the quantity and the number of punjabi people all across the world mm -hmm. is i think highest indians mm -hmm. who are overseas settled are punjabis right right <laughs> kene okay, uh, jithe bhi marzi love love punjabi love punjabi so punjabian ne pura rajgita hoya ji so eh chote chote cheeza si film de vich dikhayi bhi ne the beautiful scenes ਤੇ ਜਿਹਦੇ ਵਿੱਚ ਆਪਣਾ ਪੰਜਾਬ ਵਾਲਾ ਇੱਕ ਸਾਡਾ ਟੈਕਸੀ ਡਰਾਈਵਰ ਆ ਰਾਈਟ ਰਾਈਟ ਹੁੰਦਾ ਉਹ ਹੁੰਦਾ ਸੋ ਜਦੋਂ ਮੈਂ ਲੈਂਡ ਕਰਦਾ ਇੰਡੀਆ ਦੇ ਵਿੱਚ ਕਹਿੰਦਾ ਭਾਜੀ ਤੁਸੀਂ ਕਿੱਥੋਂ ਆਏ ਹੋ ਤਾਂ ਮੈਂ ਉਹਨੂੰ ਕਹਿੰਦਾ ਕਿ ਫਰਮ ਯੂਕੇ ਕਹਿੰਦਾ ਅੱਛਾ ਜੀ ਵਿਦੇਸ਼ੀ ਪੰਜਾਬ ਤੋਂ ਹੈ ਵਿਦੇਸ਼ੀ ਪੰਜਾਬ ਕਹਿੰਦਾ ਹਾਂ ਜੀ ਕਹਿੰਦਾ ਉੱਥੇ ਆਪਾਂ ਰਾਜ ਕੀਤਾ ਹੋਇਆ ਹੈ ਸਮਝਿਆ ਰਾਜ ਕੀਤਾ ਸਮਝ ਨਹੀਂ ਲੱਗੀ ਵੀ ਉੱਥੇ ਆਪਣਾ ਵਰਕ ਜਿਹੜਾ ਆਪਾਂ ਵੀ ਐਨੇ ਜ਼ਿਆਦਾ ਜਾ ਕੇ ਆਪਣੀ ਪਛਾਣ ਬਣਾ ਲਈ ਆ ਤੁਸੀਂ ਚਾਹੇ ਬੈਂਕਸ ਲੈ ਲਓ ਸਟੋਰਸ ਲੈ ਲਓ ਜਿੱਥੇ ਵੀ ਜਾ ਲੋ ਵੱਡੇ ਵੱਡੇ ਬਿਜ਼ਨਸ ਸਾਰੇ ਆਪਣੇ ਪੰਜਾਬੀਆਂ ਨੇ ਮਤਲਬ ਵੀ ਧਮਾਲਾਂ ਪਾਈਆਂ ਹੋਈਆਂ ਸੋ ਇਸ ਤਰੀਕੇ ਅਸੀਂ ਸੈਕੰਡ ਅਫੀਸ਼ੀਅਲ ਲੈਂਗੁਏਜ ਇਸ ਪੰਜਾਬੀ ਇਨ ਕੈਨੇਡਾ ਬਿਲਕੁਲ ਇਹ ਤਾਂ ਸਾਰੇ ਜਾਣਦੇ ਆ ਜੀ ਬਿਲਕੁਲ ਗੈਵੀ ਚੈਲ ਦਾ ਰੋਲ ਇਸ ਦੇ ਵਿੱਚ ਕੀ ਹੈ ਕਿ ਉਹ ਇੱਕ ਇੰਡੀਆ ਨੂੰ ਰਿਪਰੈਜ਼ੈਂਟ ਕਰ ਰਿਹਾ ਜਾਂ ਫਿਰ ਖੁਦ ਇੰਡੀਅਨ ਕਿ ਇੰਡੀਆ ਮੈਂ ਮੈਂ ਇੰਡੀਆ ਉਹ ਰਿਪਰੈਜ਼ੈਂਟ ਕਰ ਰਿਹਾ ਐਕਚੁਅਲੀ ਸਿਟੀਜ਼ਨ ਤਾਂ ਉਹ ਹੈਗਾ ਬ੍ਰਿਟਿਸ਼ ਹਾਂ ਹਾਂ ਉਹਦੇ ਡੈਡ ਮਤਲਬ ਪਹਿਲਾਂ ਜਾ ਕੇ ਉੱਥੇ ਬਸ ਜਾਂਦੇ ਆ ਪਰ ਉਹਨੂੰ ਕਿਤੇ ਨਾ ਕਿਤੇ ਵੀ ਬੌਕਸ ਦੇ ਵਿੱਚੋਂ ਜਾਂ ਉਹ ਕਲਚਰ ਆਪਾਂ ਬੰਦਾ ਪੜਦਾ ਰਹਿੰਦਾ ਪਰ ਉਹਨੂੰ ਇੱਕ ਹੁੰਦਾ ਵੀ ਅੱਜ ਕੱਲ ਉਹ ਇਮੇਜ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਚੰਗੀ ਨਹੀਂ ਵੀ ਉਹ ਕਹਿੰਦਾ ਵੀ ਜੋ ਮੈਂ ਪੜਿਆ ਹੈ ਵੀ ਉਹ ਤਾਂ ਇੱਕ ਹੋਰ ਹੀ ਇਮੇਜ ਹੈ ਐਕਚੁਅਲ ਇੰਡੀਆ ਹੈ ਕਿ ਉਹ ਇੱਕ ਫਿਰ ਆਪਣੇ ਫਾਦਰ ਨਾਲ ਉਹਦਾ ਇਨ-ਲਾ ਉਹਦੇ ਨਾਲ ਵੀ ਗੱਲ ਕਰਦੇ ਕਿ ਆਈ ਹੈਵ ਪਲਾਨ ਵੀ ਮੈਂ ਇੰਡੀਆ ਕੋ ਘੁੰਮਣਾ ਚਾਹਣਾ ਜਾਣਾ ਚਾਹਣਾ ਵਿਆਹ ਤੋਂ ਪਹਿਲਾਂ ਫਿਰ ਉਹ ਇੰਡੀਆ ਆਉਂਦਾ ਫਿਰ ਉਹਦੇ ਰੂਟਸ ਨੂੰ ਅੰਡਰਸਟੈਂਡ ਕਰਦਾ ਕਿ ਹੈਗਾ ਫਿਰ ਉਹ ਸਟੋਰੀ ਅਨਫੋਲਡ ਹੋਉਂਦੀ ਹੈ ਰਾਈਟ 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 ਤੇ ਤੁਸੀਂ ਜਿਵੇਂ ਕਿ ਕਿਹਾ ਕਿ ਤੁਹਾਡੇ ਨਾਲ ਜੋ ਬੀਤੀਆਂ ਉਹ ਤੁਸੀਂ ਇਸ ਫਿਲਮ ਦੇ ਵਿੱਚ ਲੈ ਕੇ ਆਏ ਇਹ ਕਿ ਤੁਹਾਡਾ ਖੁਦ ਦਾ ਸੋਚ ਸੀਗੀ ਕਿ ਜੋ ਮੇਰੇ ਨਾਲ ਹੋਇਆ ਜੋ ਬੀਤਿਆ ਤੇ ਮੈਂ ਅੱਗੇ ਜਾ ਕੇ ਫਿਲਮ ਦੇ ਵਿੱਚ ਦਿਖਾਉਂਗਾ ਸਾਰਿਆਂ ਨੂੰ ਉਹ ਤੋਂ ਸਿਰਫ ਇੱਕ ਓਰੀਜਿਨ ਥਾ ਸਟੋਰੀ ਦਾ ਇੱਕ ਸਪਾਰਕ ਸੀਗਾ ਕਿ ਦਿਮਾਗ ਦੇ ਵਿੱਚ ਆ ਗਿਆ ਡੈਟ ਇਜ਼ ਦ ਸੀਡ ਐਂਡ ਦ ਸਪਾਰ ਰਾਈਟ ਰਾਈਟ ਆਸਟ੍ਰੇਲੀਆ ਦੇ ਅੰਦਰ ਇਫ ਯੂ ਰਿਮੈਂਬਰ 2008-09 ਕੇ ਅੰਦਰ ਦੰਗੇ ਹੋਏ تھے ਹਮਮਮ ਤੇ ਅਮਰੀਕਾ ਮੇ ਗੁਰਦੁਆਰੋਂ ਪੇ ਓਪਨ ਫਾਇਰਿੰਗ ਹੋਈ ਸੀ ਹਮਮਮ ਤੋਂ ਮੇਰੇ ਸਾਹਮਣੇ ਤੋਂ ਉਹ ਦੰਗੇ ਹੋਏ تھے ਬਟ ਗੁਰਦੁਆਰੋਂ ਪੇ ਜੋ ਓਪਨ ਫਾਇਰਿੰਗ ਹੋਈ ਥੀ ਉਹ थी hmm. तो जब इस तरह का अपन कुछ पढ़ते हैं तो अपने दिमाग में क्या आता है कि इत, आर अगेंस्ट एन उनको एक, एक गुजराती एक पंजाबी से नहीं है एक्चुअली प्रॉब्लम एक इंडियन से राइट right. ये सारे एक्शन एक इंडियन कम्युनिटी के खिलाफ है। तो वहां से ये थॉट आई कि देर मस्ट बी ए फिल्म जिसके जरिए लोगों को बताया जा सके क्योंकि लास्ट पिक्चर पूर्व और पश्चिम थी जो कि पहले अच्छा, आई थी अच्छा, 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 अच्छा। तो ये फिल्म अगर दोबारा कोई बोले कि इंडिया क्या की चालीस बनी थे फिल्म आई है जो इंडिया दसेगी सो इंडिया की इमेज दसेगी पूरे वर्ल्ड की इमेज कि पर्द के उत्त आना किन्ना चैलेंजिंग कि मुश्किल करूँगा फिल्म मेकिंग फिल्म मेकिंग का मतलब हो गया कि इवन आप लोग जो भी कर रहे हैं इस दुनिया में क्रिएशन सिर्फ दो ही लोग करते हैं एक गॉड एक फिल्म मेकर भगवान ने दुनिया बताई आप चेंज नहीं कर सकते और हमारी दो घंटे की दुनिया को कोई चेंज नहीं कर सकता <laughs> सो फिल्म सेकंड क्रिएटर्स आई कैन से सो कैंटका मैं जी मेरे ख्याल गल्ला दे भी पूरे डायरेक्टर साहब हैं तुसी फुल मैं फिल्म ਆਪਣਾ ਹਰ ਇੱਕ ਐਕਟਰ ਦੇ ਨਾਲ ਐਦਾਂ ਹੋਇਆ ਮੈਂ ਆਪਣਾ ਐਕਸਪੀਰੀਅੰਸ ਦੱਸਾਂ ਮੈਂ ਸਿਰਫ 5 ਮਿੰਟ ਦੇ ਵਿੱਚ ਟੈਲੀਫੋਨ ਕਨਵਰਸੇਸ਼ਨ ਦੇ ਉੱਤੇ ਮੈਂ ਫਿਲਮ ਸਾਈਨ ਕਰ ਦਿੱਤੀ ਸੀ ਕਿ 5 ਮਿੰਟ ਮੇਰੇ ਨਾਲ ਇਹਨਾਂ ਨੇ ਗੱਲਾਂ ਕੀਤੀਆਂ ਮੈਂ ਇਹ ਬੰਦੇ 'ਚ ਕੋਈ ਦਮ ਤਾਂ ਹੈ ਇਹ ਵੀ ਚੰਗੀ ਚੀਜ਼ ਕਰੂ ਔਰੇ ਹੋਣਾ ਵੀ ਚਾਹੀਦਾ ਕਿ ਵੀ ਬਾਜੀ ਕਿਉਂਕਿ ਡਾਇਰੈਕਟਰ ਹੀ ਇੱਕ ਜਿਹਨੂੰ ਕਹਿੰਦੇ ਨੇ ਕਿ ਬਾਪ ਹੁੰਦਾ ਬਿਲਕੁਲ ਜੀ ਬਿਲਕੁਲ ਉਹਦਾ ਬੱਚਾ ਹੁੰਦੀ ਹੈ ਫਿਲਮ ਸੋ ਜਿਵੇਂ ਕਿ ਤੁਸੀਂ ਕਿਹਾ ਕਿ 5 ਮਿੰਟ ਦੇ ਵਿੱਚ ਵੀ ਤੁਸੀਂ ਹਾਂ ਕਰ ਦਿੱਤੀ ਸੋ ਬਾਲੀਵੁੱਡ ਫਿਲਮ ਦਾ ਹਿੱਸਾ ਬਾਨਣਾ ਕਿੰਨਾ ਕੁ ਪ੍ਰਾਊਡ ਹੈ ਕਿੰਨਾ ਕੁ ਖੁਸ਼ੀ ਵਾਲਾ ਬਾਕੀ ਇਹ ਮੁਲਾਕਾਤ ਕਿਸ ਤਰ੍ਹਾਂ ਹੋਈ ਥੋੜਾ ਜਿਹਾ ਇਹਦੇ ਬਾਰੇ ਵੀ ਦੱਸੋ ਪਹਿਲਾਂ ਸੀਗਾ ਇੱਕ ਥਾ ਟਾਈਗਰ ਤੋਂ ਬਾਅਦ ਕਾਫੀ ਐਪਰੀਸ਼ੀਏਸ਼ਨ ਮਿਲੀਆ ਮੈਨੂੰ ਨੈਸ਼ਨਲ ਅਵਾਰਡ ਵੀ ਮਿਲੇ ਆ ਉਹਦੇ ਲਈ ਤੇ ਹੁਣ ਟਾਈਗਰ ਜ਼ਿੰਦਾ ਹੈ ਵੀ ਮੇਰੀ ਚੱਲ ਰਹੀ ਹੈ ਅਗੇਨ ਵਿਦ ਸੁਲਮਾਨ ਭਾਈ ਤੇ ਹੋਰ ਸੋ ਉਹ ਇੱਕ ਕੀ ਹੈਗਾ ਮੇਬੀ ਇੱਕ ਵਾਸਟ ਐਕਸਪੀਰੀਅੰਸ ਹੈਗਾ ਉਹਨਾਂ ਦੀ ਨੌਲੇਜ ਆ ਕੁਝ ਵੀ ਲਾ ਲਓ ਹਨਾ ਸੋ ਉਤੋਂ ਬਹੁਤ ਚੀਜ਼ਾਂ ਸਿੱਖਣ ਨੂੰ ਮਿਲੀਆਂ ਰਾਈਟ ਸੋ ਉਸ ਤੋਂ ਬਾਅਦ ਆਈ ਫੀਲ ਮਾਈਸੈਲਫ ਲੱਕੀ ਕਿ ਮੈਂ ਇਹ ਹੈ ਇੰਡੀਆ ਵਰਗੀ ਮੈਨੂੰ ਫਿਲਮ ਮਿਲੀ ਕਿਉਂਕਿ ਕਈ ਵਾਰੀ ਜੇ ਆਪਾਂ ਸੋਸਾਇਟੀ ਹਮੇਸ਼ਾ ਤੁਹਾਡੇ ਤੋਂ ਕਰਦੇ ਆ ਕਿ ਤੁਸੀਂ ਸੋਸਾਇਟੀ ਲਈ ਕੀਤਾ ਕੀ ਆ ਸੋ ਇਸ ਫਿਲਮ ਨੂੰ ਕਰਨ ਤੋਂ ਬਾਅਦ ਮੈਂ ਆਪਣੇ ਆਪ ਨੂੰ ਇੱਕ ਹੋਰ ਜ਼ਿਆਦਾ ਰਿਸਪਾਂਸਿਬਲ ਇੰਡੀਅਨ ਮੰਨਣ ਲੱਗ ਗਿਆ ਮੈਂ ਹਾਂਜੀ ਹਾਂ ਪਹਿਲਾ ਛੋਟੀ ਜੀ ਸੇ ਬਾਤ ਮੈਂ ਅਲਕਟ ਇਨ ਦਾ ਮਿਡਲ ਇਹ ਇੰਡੀਆ ਵੀ ਲੱਕੀ ਹੈ ਕਿ ਇਹ ਇਸ ਫਿਲਮ ਕੋ ਮਿਲੇ क्योंकि अपन अपनी लाइफ के अंदर कोई भी काम करते हैं मैं एक छोटी सी बात बोलूंगा आप भी शो कर रहे हैं कई कई बार आपके साथ ऐसा हुआ होगा अरे यार अचानक से जनरेटर बंद हो गया अरे लाइट नहीं चल रही दीज ऑल आर डेस्टिन हर प्रोग्राम की हर फिल्म की एक डेस्टिनी होती है अपने को लगता है कि ये प्रॉब्लम्स आ रही है बट वो जो पिक्चर होती है वो अपनी डेस्टिनी वो साथ में क्रिएट करते हुए चलती है Right. कई चीजें बहुत स्मूथली हो जाती है वो उसकी डेस्टिनी होती है इसलिए वो स्मूथली होता है बिल्कुल. तो द कंट्रीब्यूशन ही जब मैं ऑस्ट्रेलिया में था इनका साइया साइया गाना आया था सै सारा टाइगर बिलीव इट मेरे को पूरे गाने में सबसे ज्यादा किसी चीज ने कैप्चर किया तो वो ये थे

आई डोंट नो द फेट ऑफ द फिल्म बट गेवी चहल विल बी अ सुपरस्टार आफ्टर दिस फिल्म विद हिज परफॉर्मेंस क्या बात है भाई गुरु भाई क्या बात है ही हैज नेल्ड इट ही हैज डन अ वंडरफुल जॉब इन द फिल्म अमेजिंग अमेजिंग वाह जी वाह ਲੋ ਜੀ ਸੋ ਪਤਾ ਨਹੀਂ ਚੱਲਦਾ ਕਿ ਵੀ ਭਾਜੀ ਕਦੋਂ ਕਿਸ ਤਰ੍ਹਾਂ ਕਿਵੇਂ ਮੁਲਾਕਾਤਾਂ ਹੋ ਜਾਣ ਜਿਵੇਂ ਇਹਨਾਂ ਨੇ ਇਹਨਾਂ ਵਧੀਆ ਐਕਸਪੀਰੀਅੰਸ ਸ਼ੇਅਰ ਕੀਤਾ ਮੈਂ ਉਹੀ ਗੱਲ ਹੈ ਪਤਾ ਕੀ ਆ ਵੀ ਜਦੋਂ ਆਪਾਂ ਦੇਸ਼ ਦੀ ਗੱਲ ਹੁੰਦੀ ਆ ਇੱਕ ਅੰਦਰੋਂ ਜਜ਼ਬਾ ਵੈਸੇ ਹੀ ਆ ਜਾਂਦਾ ਬਿਲਕੁਲ ਜੀ ਜਿਵੇਂ ਇਹਨਾਂ ਦੀ ਡਿਵੋਸ਼ਨ ਸੀਗੀ ਤਾਂ ਉੱਥੇ ਮੈਨੂੰ ਐਕਟਿੰਗ ਇੰਨੀ ਕਰਨੀ ਨਹੀਂ ਪਈ

ਸਾਰੇ ਲੋਕ ਚੇਂਜ ਹੋਣਗੇ ਜੋ ਇਸ ਫਿਲਮ ਨੂੰ ਦੇਖਣਗੇ ਬਦਲਣਾ ਚਾਹੀਦਾ ਇਹ ਸਾਡੀ ਰਿਸਪੌਂਸਿਬਿਲਟੀ ਹੈ ਸਿਰਫ ਇੱਕ ਇਨਸਾਨ ਨੇ ਪੂਰੇ ਕੰਟਰੀ ਨੂੰ ਚੇਂਜ ਕਰ ਸਕਦਾ ਏਸੀ ਲੋਗੀਆਂ ਜੋ ਕੰਟਰੀਬਿਊਟ ਟੋੜਾ ਥੋੜਾ ਕੰਟਰੀਬਿਊਸ਼ਨ ਆਪਾਂ ਦਵਾਂਗੇ ਹੁਣ 125 ਕਰੋੜ ਕਿੰਨੇ ਲੋਕ ਹੈਗੇ ਇੱਕ ਬੰਦਾ ਜਾਂ ਇੱਕ ਗਵਰਨਮੈਂਟ ਤਾਂ ਸਾਰੀ ਚੀਜ਼ਾਂ ਸੰਭਾਲ ਲੈ ਸਕਦੀ ਤਾਂ ਅਸੀਂ ਇਹਦੇ ਵਿੱਚ ਇਹ ਹੀ ਚੀਜ਼ਾਂ ਕਿ ਹੋ ਕੇ ਆਪ ਬਦਲੋਗੇ ਤਾਂ ਦੇਸ਼ ਬਦਲੇਗਾ ਬਿਲਕੁਲ ਜੀ ਬਿਲਕੁਲ ਆਪਾਂ ਆਪਣੇ ਤੋਂ ਸ਼ੁਰੂਆਤ ਕਰੀਏ ਵਾਹ ਜੀ ਵਾਹ ਸਾਰਾ ਕੁਝ ਹੋ ਜਾਏ ਕੀ ਬਾਤ ਹੈ ਜੀ ਲਓ ਜੀ ਦੋਸਤੋ ਦੇਖੋ ਜੀ ਇੱਥੇ ਬੜੀਆਂ ਇੰਟਰਸਟਿੰਗ ਗੱਲਾਂ ਹੋ ਰਹੀਆਂ ਨੇ ਸੋ ਇੱਕ ਰਿਸਪੌਂਸਿਬਿਲਟੀ ਹੋਣੀ ਬਹੁਤ ਜ਼ਰੂਰੀ ਹੈ ਬਾਕੀ ਹੋਰ ਫਿਲਮ ਦੇ ਬਾਰੇ ਆਪਾਂ ਗੱਲ ਕਰਦੇ ਰਾਵਾਂਗੇ ਮਿਲਦੇ ਆ ਜੇ ਇੱਕ ਛੋਟੇ ਬ੍ਰੇਕ ਤੋਂ ਬ੍ਰੇਕ ਤੁਮਾਰ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ ਜੀ ਪੀਟੀਸੀ ਸ਼ੋਕੇਸ ਦੇ ਵਿੱਚ ਅੱਪਾ ਗੱਲਬਾਤ ਕਰ ਰਹੇ ਜੀ ਗੈਵੀ ਪਾਜੀ ਦੇ ਨਾਲ ਤੇ ਨਾਲ ਹੀ ਨਾਲ ਡਾਇਰੈਕਟਰ ਆਫ ਦ ਮੂਵੀ ਸੋ ਸਰ ਤੁਸੀਂ ਬਹੁਤ ਸਾਰੀਆਂ ਗੱਲਾਂ ਡਿਸਕਸ ਕੀਤੀਆਂ ਕਿ ਇਹ ਜੋ ਰੀਅਲ ਇਨਸੀਡੈਂਟਸ ਨੇ ਉਹਦੇ ਉੱਤੇ ਮੂਵੀ ਬੇਸਡ ਹੈ ਇੱਕ ਬੜਾ ਹੀ ਹਟਕੇ ਸਬਜੈਕਟ ਹੈ ਜੋ ਤੁਸੀਂ ਇਸ ਦੇ ਵਿੱਚ ਦਿਖਾਉਣ ਜਾ ਰਹੇ ਹੋ ਕਾਸਟਿੰਗ ਕਿੰਨੀ ਕਿ ਡਿਫਿਕਲਟੀ ਇਸ ਮੂਵੀ ਦੀ ਇਟ ਵਾਸ ਅ ਡਿਫਿਕਲਟ ਟਾਸਕ ਕਿਉਂਕਿ ਸਟੋਰੀ ਇਸ ਰੀਅਲ ਸੋ ਯੂ ਨੀਡ ਦਾ ਕੈਰੈਕਟਰ ਆਪਕੋ ਐਸੇ ਆਰਟਿਸਟ ਚਾਹੀਏ ਜੋ ਰੀਅਲਿਸਟਿਕਲੀ ਉਸਕੋ ਪਲੇ ਕਰੇ मेरी फिल्म में एक बड़े सुपरस्टार की जरूरत नहीं थी इट्स अबाउट हु कैन शो दैट फील राइट ये पहली ऐसी पे था। okay. अगर मेरी फिल्म को ब्लाइंड्स को भी दिखाया जाए mm -hmm. उनके लिए तो आल्सो गेट द गुजाम क्या बात है सो दैट हाउ द इम्पोर्टेंट फिल्म इज और उतने इम्पोर्टेंट फिर इसके किरदार हो जाते हैं जैसे डीना mm -hmm. चैलेंजिंग इज लाइक अगर किसी ऐसे बंदे को लिया जाए जिसको समझाया जाए किरेक्टर है तेरे को प्ले करना है तो कहीं mm ना -hmm. कहीं कही फेकिजम आ जाता है उसमें ब्रिटिश गर्ल ओके अच्छे से किया था सो शी परफेक्टली फिट्स मोहन अगाशी जी ही प्लेट द प्राइम मिनिस्टर ऑफ द कंट्री बिफोर मिनिस्टर कैरेक्टर सो ही प्लेट द कैरेक्टर ऑफ द पी एम इन दिस फिल्म सेम वे लाइक ही

ਪਲੀਜ਼ ਫॉर ਮਿਸਟਰ ਗੇਵੀ ਗੋ ਐਂਡ ਵਾਚ ਥਿਸ ਫਿਲਮ ਯੂ ਸੀ ਅ ਵੈਰੀ ਬ੍ਰਾਂਡ ਨਿਊ ਗੇਵੀ ਚੈਲਨ ਇਨ ਥਿਸ ਬਹੁਤ ਹੀ ਵਧੀਆ ਸਬਜੈਕਟ ਨੂੰ ਲੈ ਕੇ ਤੁਸੀਂ ਚੱਲੇ ਹੋ ਜੀ ਜਿਵੇਂ ਕਿ ਕਿਹਾ ਕਿ ਬਹੁਤ ਸਾਲ ਹੋ ਗਏ ਕਿ ਇਹੋ ਜਿਹੇ ਸਬਜੈਕਟ ਦੇ ਉੱਤੇ ਕੋਈ ਫਿਲਮ ਬਣੀ ਨਹੀਂ ਸੀ ਬਾਲੀਵੁੱਡ ਦੇ ਵਿੱਚ ਸੋ ਗੇਵੀ ਪਾਜੀ ਕੀ ਹੁੰਦਾ ਕਿ ਇਹ ਵੀ ਇੱਕ ਚੈਲੰਜ ਹੋ ਜਾਂਦਾ ਹੈ ਜਿਵੇਂ ਭਾਜੀ ਨੇ ਕਿਹਾ ਕਿ 40 ਸਾਲ ਬਾਅਦ ਕੋਈ ਇਹੋ ਜਿਹੀ ਫਿਲਮ ਆਈ ਹੈ ਹਾਲੀਵੁੱਡ ਦੇ ਵਿੱਚ ਸੋ ਇਸ ਚੀਜ਼ ਦੇ ਲਈ ਆਪਣੇ ਕੈਰੈਕਟਰ ਦੇ ਲਈ ਕੁਝ ਖਾਸ ਤੁਸੀਂ ਪ੍ਰੈਪਰੇਸ਼ਨਸ ਕੀਤੀਆਂ ਤਿਆਰੀ ਕੀਤੀ ਨਹੀਂ ਖਾਸ ਤਾਂ ਮੈਂ ਨਹੀਂ ਕੀਤੀ ਹੈਗੀ ਕਿਉਂਕਿ ਸ਼ੁਰੂਆਤ ਹੀ ਜਿਹੜਾ ਪਹਿਲਾ ਇੱਕ ਐਨ ਆਰ ਆਈ ਮੁੰਡੇ ਦਾ ਉਹ ਸੀਗਾ ਹਨਾ ਕਿਉਂਕਿ ਉੱਥੇ ਜੇ ਕੁਝ 1921 ਹੋ ਜਾ ਚੱਲ ਜਾਂਦੀ ਆ ਪਰ ਜਦੋਂ ਤੁਸੀਂ ਇੰਡੀਆ ਦੇ ਵਿੱਚ ਆ ਕੇ ਵੀ ਤੁਸੀਂ ਇਸ ਦੇ ਰੰਗ ਚ ਰੰਗੇ ਗਏ ਉਸ ਤੋਂ ਬਾਅਦ ਵੀ ਕਿਉਂਕਿ ਤੁਹਾਡੀ ਇਮੇਜ ਜੇ ਇੱਕ ਬੰਦਾ ਪੋਜ਼ਿਟਿਵ ਜਾ ਰਿਹਾ ਜੇ ਲੋਕ ਉਹਨੂੰ ਦੇਖਣਗੇ ਤਾਂ ਵੀ ਇੱਕ ਇੰਡੀਅਨ ਐਦਾਂ ਦਾ ਹੋਊਗਾ ਉੱਥੇ ਫਿਰ ਥੋੜਾ ਜਿਹਾ ਹੋ ਜਾਂਦਾ ਯਾਰ ਵੀ ਮੈਂ ਆਪਣਾ ਕੁਝ ਇਵਨ ਜੇ ਖੜੇ ਵੀ ਆ ਤਾਂ ਵੀ ਕੋਈ ਪੋਸਚਰ ਐਦਾਂ ਦਾ ਨਾ ਹੋ ਜਾਈ ਕਿ ਵੀ ਦੇਖ ਕੇ ਬੰਦੇ ਨੂੰ ਗਲਤ ਉਹ ਲੱਗੇ ਹੈ ਨਾ ਸੋ ਉਹ ਛੋਟੀਆਂ ਛੋਟੀਆਂ ਜਿਹੜੀਆਂ ਗੱਲਾਂ ਸੀਗੀਆਂ ਇਟ ਵਾਸ ਆਲਵੇਸ देयर ਤੇ ਕਾਫੀ ਅਸੀਂ ਆਪਣਾ ਵਰਕ ਕੀਤਾ ਇਹਨਾਂ ਚੀਜ਼ਾਂ ਦੇ ਉੱਤੇ ਬੋਡੀ ਲੈਂਗੁਏਜ ਦੇ ਉੱਤੇ ਬੀ ਆਫ ਸਪੀਕਿੰਗ ਜਿੱਦਾਂ ਵੀ ਸੀਗਾ ਸੋ ਇਹ ਸੀਗਾ ਪ੍ਰੀ ਪ੍ਰੇਪਰੇਸ਼ਨ ਦਾ ਟਾਈਮ ਹੀ ਨਹੀਂ ਮਿਲਿਆ ਹੈਗਾ

एंड आई वॉज गेटिंग को मिलेंगे हमने जनरल वीके स्टैंडिंग ओवेशन मिला है सीबीएफसी ने फिल्म को रेकमेंड किया है फिल्म से फिल्म को ऑफिशियल इन्विटेशन आया फॉर दू एस प्रीमियर वाई दिस इज नॉट द स्टोरी सर कैरेक्टराइजेशन इज इंपोर्टेंट ही इज द लीड फाउंडेशन ऑफ द फिल्म और एक ऐसा बंदा जो पिक्चर के लास्ट में आके जुड़ता है हर सीन होने से पहले ये आके सिर्फ मेरे को इतना बोलते थे आप अपनी फील बता दो इसमें क्या चाहिए <laughs> इनको प्रिपरेशन right, का टाइम right, ही नहीं था तो इसलिए आई रिक्वेस्ट एवरी पीपल एक्टर्स फ्रॉम पंजाबी इंडस्ट्री और बॉलीवुड आप जाइए और देखिए कि आई अंडरस्टैंड नाउ की वट इज द ट्रू मीनिंग ऑफ एक्टर कि अनप्रिपेयर hmm. होके भी कोई आदमी इतना अच्छा डिलीवर कर सकता है तो हाँ ये क्या है क्या है। बात है ਵੈਰੀ ਗੁੱਡ ਜੀ ਵਾਕੀ ਜੀ ਤਾੜੀਆਂ ਜੀ ਗੈਵੀ ਭਾਈ ਵਾਸਤੇ ਥੈਂਕ ਯੂ ਸਰ ਭਰ ਭਾਜੀ ਇਤਨਾ ਨਾਲ ਹੋਰ ਬੜੇ ਅੱਛੇ ਅੱਛੇ ਕੈਰੈਕਟਰਸ ਨੇ ਇਸ ਦੇ ਵਿੱਚ ਜਿਹਨੇ ਵੀ ਆਲਰੇਡੀ ਡਾਇਰੈਕਟਰ ਸਾਹਿਬ ਨੇ ਕਾਸਟ ਕੀਤਾ ਹੋਇਆ ਉਹਨਾਂ ਨੂੰ ਸੋ ਉਹਨਾਂ ਨਾਲ ਕੰਮ ਕਰਕੇ ਕਿਹੋ ਜਿਹਾ ਬਿਲਕੁਲ ਜੀ ਬਹੁਤ ਵਧੀਆ ਲੱਗਿਆ ਹੁਣ ਜਿਹੜੇ ਬਹੁਤ ਸੀਨੀਅਰ ਐਕਟਰ ਮੋਹਨ ਅਗਾਸ਼ੇ ਜੀ ਉਹਨਾਂ ਦੀ ਗੱਲ ਕੀਤੀ ਮੋਹਨ ਜੋਸ਼ੀ ਜੀ ਇਹਦੇ ਵਿੱਚ ਹੈਗੇ ਨੇ ਲੋਮ ਹਾਰਸ਼ ਵੀ ਸੋ ਬਹੁਤ ਚੰਗਾ ਲੱਗਿਆ ਬਹੁਤ ਜਿਵੇਂ ਤੁਹਾਨੂੰ ਪਤਾ ਹੀ ਹੈ ਇੱਕ ਐਕਟਰ ਨੂੰ ਆਪਾਂ ਸੀਨੀਅਰ ਨਾਲ ਕੰਮ ਕਰੀਏ ਤਾਂ ਬਹੁਤ ਹੀ ਉਹਨਾਂ ਦੀਆਂ ਮਤਲਬ ਗੁਣ ਸਿੱਖਣ ਨੂੰ ਮਿਲਦੇ ਨੇ ਆਪਾਂ ਜੇ ਫਰੈਸ਼ ਨਾਲ ਵੀ ਕੰਮ ਕਰੀਏ ਉੱਥੋਂ ਵੀ ਆਪਾਂ ਨੂੰ ਚੀਜ਼ਾਂ ਸਿੱਖਣ ਦੀ ਹੈ ਸਿੱਖਣ ਨੂੰ ਮਿਲਦੀਆਂ ਨੇ ਸੋ ਲੱਕੀ ਸੀਗਾ ਜੀ ਮੈਂ ਕਿ ਮੈਂ ਇੰਨੇ ਮੰਜੇ ਹੋਏ ਕਲਾਕਾਰਾਂ ਨਾਲ ਕੰਮ ਕੀਤਾ ਸੋ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਸਿੱਖਿਆ ਹੈ ਤੇ ਜੇ ਮੂਵੀ ਦੇ ਵਿੱਚ ਇਹ ਹੈ ਇੰਡੀਆ ਦੇ ਵਿੱਚ ਜੇ ਆਪਾਂ ਕਲਰਸ ਦੀ ਗੱਲ ਕਰੀਏ ਤੇ ਕਲਰਸ ਆਫ ਇੰਡੀਆ ਅਲੱਗ-ਅਲੱਗ ਸ਼ੇਡਸ ਉਹ ਸਾਨੂੰ ਇਸ ਮੂਵੀ ਦੇ ਵਿੱਚ ਦੇਖਣ ਨੂੰ ਕਿਹੜੇ-ਕਿਹੜੇ ਮਿਲਣਗੇ ਕਿਉਂਕਿ ਮੈਂ ਤੁਹਾਡਾ ਇੱਕ ਲੀਫਲੈਟ ਪੜਿਆ ਸੀਗਾ ਉਸ ਦੇ ਵਿੱਚ

गंगा so आरती हिंदू प्रीमेशन के अंदर एंड दैट्स ए वेरी सेंटीमेंटल सॉन्ग इन द फिल्म जो पूरी पिक्चर में एक मोड लेके आता है okay. स्टोरी का okay. इनके साथ कुछ ऐसा होता है जिसके लिए एक ऐसी चीज इनको country, इस कंट्री में आके मिलती है जो ही डिजर्व ही वॉन्टेड टू डू बट लीगली इनको नहीं मिल सकतीड टू बिकम द प्राइम मिनिस्टर ऑफ दिस कंट्री बट आई एम नॉट एन तो मैं कभी नहीं बन सकता बट अच्छा, 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 अच्छा। कुछ पिक्चर में ऐसा होता है कि प्राइम मिनिस्टर ऑफ द कंट्री अपॉइंट हिम

ਹਰ ਇੱਕ ਤਰੀਕੇ ਨਾਲ ਪਰ ਜਦੋਂ ਫਿਲਮ ਖਤਮ ਹੋਊਗੀ ਦਰਸ਼ਕ ਐਨ ਆਪਣਾ سینਾ ਚੌੜਾ ਕਰਕੇ ਕਹੂ ਇਹ ਹੈ ਇਹ ਹੈ ਔਰ ਇਹੀ ਚਾਹੀਦਾ ਜੀ ਇਹੀ ਚਾਹੀਦਾ ਜੀ ਵੈਰੀ ਗੁੱਡ ਜੀ ਸੋ ਬਹੁਤ ਬਹੁਤ ਮਤਲਬ ਸ਼ੁਕਰੀਆ ਆਪਾਂ ਡਾਇਰੈਕਟਰ ਸਾਹਿਬ ਦਾ ਕਰਦੇ ਆ ਕਿ ਇਹੋ ਜੀ ਫਿਲਮ ਲੈ ਕੇ ਆਏ ਨੇ ਜੀ ਬਾਲੀਵੁੱਡ ਦੇ ਵਿੱਚ ਤੇ ਹੁਣ ਆਪਾਂ ਇੱਕ ਕੰਮ ਕਰਦੇ ਆ ਇੱਕ ਛੋਟੀ ਜੀ ਬ੍ਰੇਕ ਲੈ ਲੈਂਦੇ ਆ ਠੀਕ ਹੈ ਜੀ ਹੋਰ ਬਥੇਰੀਆਂ ਗੱਲਾਂ ਕਰਾਂਗੇ ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ ਜੀ ਪੀਟੀਸੀ ਸ਼ੋਕੇਸ ਦੇ ਵਿੱਚ ਸਾਡੇ ਨਾਲ ਨੇ ਜੀ ਡਾਇਰੈਕਟਰ ਐਂਡ ਐਕਟਰ ਆਫ ਇਹ ਹੈ ਇੰਡੀਆ ਸੋ ਪਾ ਜੀ ਆਲਰੇਡੀ ਬਹੁਤ ਸਾਰੀਆਂ ਗੱਲਾਂ ਹੋ ਚੁੱਕੀਆਂ ਜੀ ਇਸ ਫਿਲਮ ਦੇ ਬਾਰੇ ਕੀ ਕੀ ਤੁਸੀਂ ਦਿਖਾ ਰਹੇ ਹੋ ਅਲੱਗ-ਅਲੱਗ ਕਲਰਸ ਸਾਨੂੰ ਦੇਖਣ ਨੂੰ ਮਿਲ ਰਿਹਾ ਇੰਡੀਆ ਦੇ ਮਿਊਜ਼ਿਕ ਦੀ ਗੱਲ ਤੁਸੀਂ ਕੀਤੀ ਸੀਗੀ ਕਿਉਂਕਿ ਇਹੋ ਜਿਹੀ ਜੜੀਆਂ ਫਿਲਮਾਂ ਹੁੰਦੀਆਂ ਨੇ ਤੇ ਉਹਦੇ ਲਈ ਮਿਊਜ਼ਿਕ ਚੂਜ਼ ਕਰਨਾ ਬੜਾ ਡਿਫਿਕਲਟ ਹੁੰਦਾ ਹਮਮ ਰਾਈਟ ਸੋ ਮਿਊਜ਼ਿਕ ਚੂਜ਼ ਕਰਨ ਦੇ ਵਿੱਚ ਤੁਹਾਡਾ ਕਿੰਨਾ ਹੱਥ ਸੀਗਾ ਜੀ ਜਦ ਵੈਨ ਦਾ ਸਟੋਰੀ ਵਰਕ ਵਾਸ ਗੋਇੰਗ ਔਨ ਹਮ मेरा ये मानना होता है कि इंडिया के अंदर खासतौर पे म्यूजिक फिल्म को लेके जाता है बिल्कुल तो वेन आई माई म्यूजिक डायरेक्टर उन्होंने मेरे को बोला कि वट इज द द द स्टोरी ऑफ फिल्म आई आई लाइक लाइक एम वर्किंग ऑन इट ही इज सो यू नीड म्यूजिक नाउ आप पहले स्टोरी कंप्लीट कीजिए फिर मैंने कहा नो इट्स माई स्टोरी आई नो वेयर आई कैन पुट द सॉन्ग्स आप मेरे को चाहिए क्या वो सुन लीजिए दैट हाउ वी स्टार्टेड और गाने भी फिल्म के ऐसे well, okay. जब रॉ ट्रैक बनता था गाने का तो मेरे पास जब गाना 20 परसेंट कम्प्लीट होके आया तो मैं उसको पेन ड्राइव में डाल के लेके जाता था और ऐसे स्पॉट्स पे जाता था जहाँ रात को यूथ आते हैं पंद्रह बीस लोग खड़े रहते हैं आई यूज टू प्ले दैट सॉन्ग देर पीपल यूज टू कम इन एंड आस्क मेरे यार ये गाना कब आया कौन सी मूवी का है दैट वे आई वॉज लाइक यू नो इट्स वर्किंग सो देर इज अ रिसर्च बिहाइंड म्यूजिक एज क्या बात है जी ਮੇਰੇ ਚੈਨਲ ਗੇਵੀ ਬਾਜੀ ਮੈਂ ਪਹਿਲੀ ਵਾਰ ਇਹੋ ਜੀ ਮਤਲਬ ਚੀਜ਼ ਹਾਂਜੀ ਹਾਂ ਨਹੀਂ ਮੈਂ ਥੋੜੀ ਹੋਈਗੀ ਕਿਉਂਕਿ ਮੈਂ ਬਹੁਤ ਸਾਰੀਆਂ ਇੰਟਰਵਿਊਜ਼ ਕੀਤੀਆਂ ਨੇ ਤੇ ਇਹੋ ਜੀ ਡਿਸਕਸ਼ਨ ਕਦੀ ਵੀ ਹੋਈ ਨਹੀਂ ਕਿ ਕੀ ਹੋਵੇਗਾ ਪਹਿਲਾਂ 뮤직 ਪਿਆਰ ਕਰਕੇ ਮੈਂ ਪਬਲਿਕ ਦੇ ਵਿੱਚ ਗਿਆ ਉੱਥੇ ਵਜਾਇਆ ਫਿਰ ਰਿਸਪਾਂਸ ਦੇਖਿਆ ਫਿਰ ਮੈਂ ਉਸ 뮤직 ਨੂੰ মুਵੀ ਦੇ ਵਿੱਚ ਪਾਇਆ ਇਹ ਵੀ ਇੱਕ ਬਹੁਤ ਵੱਡਾ ਹਾਂਜੀ ਹਾਂਜੀ ਤਾਂ ਹੀ ਅੱবি ਆਈ ਫਿਰ ਮਾਈਸੈਲਫ ਲੱਕੀ ਕਿ ਜੌਮ ਹਰਸ਼ ਜੀ ਕੇ ਸਾਥ ਕੰਮ ਕਰਨੇ ਦਾ ਮੌਕਾ ਮਿਲਿਆ ਮੈਨੂੰ ਤੇ ਸਿੰਗਰਸ ਕੌਣ ਕੌਣ ਜੀ ਜਿਨ੍ਹਾਂ ਨੇ ਗੀਤ ਜਾਵედ ਅਲੀ ਹੈਜ਼ গিਵਨ ਹਿਸ ਵੌਇਸ ਫਾਰ ਟੂ ਸongs ओके

ਆ ਇਹ ਹੈ ਇੰਡੀਆ ਐਂਸ਼ੀਐਂਟ ਇਹ ਹੈ ਇੰਡੀਆ that how the title track goes okay. so ਜਦ ਇੰਡੀਆ ਵਰਡ ਆ ਗਿਆ ਤਾਂ ਇਟਸ ਲਾਈਕ एवरीथिंग ਗੋਲਡਨ ਟੈਂਪਲ ਟੂ ਥਿਸ ਟੂ that so you mm -hmm, have to show mm -hmm. that bitten pieces of everything so ਗੱਭੀ ਪਾਜੀ ਜਿਹੜੇ 뮤ਜ਼ਿਕ ਹੈ ਤੁਹਾਡਾ ਇਹਨਾਂ ਟਰੈਕਸ ਦੇ ਵਿੱਚ ਫੇਵਰਟ ਟਰੈਕ ਕਿਹੜਾ ਹੈ ਹਾਂਜੀ ਗੁੱਡ ਕੁਐਸਚਨ ਅੱਛਾ ਮੈਂ ਕਿਹਾ ਕਿ ਤੇ ਮੈਨੂੰ ਪਰਚੀ ਦੇ ਰਹੇ ਹੋ ਨਹੀਂ ਨਹੀਂ ਜਿਹੜਾ ਅਸੀਂ ਉਹ ਕੀਤਾ ਸੀਗਾ ਸਾਂਝਾ ਸਾਂਝਾ ਹਾਂਜੀ ਸਾਂਝਾ ਸਾਂਝਾ ਬਹੁਤ ਟੱਚਿੰਗ ਸੌਂਗ ਹੈਗਾ ਉਹ ਮੇਰਾ ਫੇਵਰਟ ਹੈ so ਪਾਜੀ ਜੇ ਦੋ ਲਾਈਨਾਂ ਹੋ ਜਾਣ ਤਾਂ मजा आ जाएगा जी आओ सर जाओ दोनों दो, दोनों दोनों कर दें चलो करो में ज्वाइन करना जिंदगी बदहवास है, है, एक अजनबी सी तलाश है। दिखला राह हमला कर निगाह हमला सब तेरे हवाले कर दिया मन जोगी जोगी ਜੋ ਗਿਆ ਕਿਆ ਰੋ ਗਏ ਤੂੰ ਨੇ ਲੈ ਲਿਆ ਸਾਈਆਂ 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 ਕਰ ਦੂਰ ਮੇਰੀ ਤਨਹਾਈਆ ਕੀ ਮਤ ਹੈ ਸੋ ਦਿਸ ਇਜ਼ ਦਾ ਫੇਵਰਟ ਟਰੈਕ ਇਹ ਤੁਹਾਡਾ ਫੇਵਰਟ ਟਰੈਕ ਹੈ ਇਸ ਫਿਲਮ ਦੇ ਵਿੱਚ ਇਮੋਸ਼ਨਲ ਜਿਹੇ ਬੰਦੇ ਨੇ ਥੋੜਾ ਜਿਹਾ ਇਦਾਂ ਵਧੀਆ ਲਾਦੇ ਇਟਸ ਅ ਜਰਨੀ ਟਰੈਕ ਇਟਸ ਅ ਜਰਨੀ ਓਕੇ ਓਕੇ ਸੋ ਗੈਵੀ ਪਾਜੀ ਜਾ ਰਹੇ ਹੋਣੇ ਆ ਪੂਰਾ ਫੀਲ ਇਟਸ ਵੈਰੀ ਸੈਂਟੀਮੈਂਟਲ Song there is a situation जैसे okay. मैंने आपको बताया फिल्म अच्छा महाभारत अर्जुन के सामने एक सवाल आया था कि ये लोग जो मेरे सामने खड़े हैं ये हैं uh -huh. मैं इनको क्यों मारूं तब कृष्ण ने उन्हें उपदेश दिया था और uh -huh. बताया था कि गलत अगर इंसान आपके परिवार का भी अगर गलत है तो वो गलत है उसमें uh -huh. फिर परिवारवाद नहीं अबाउट ट्रूथ तो इस गाने में इनकी रियलाइजेशन है कि what should i do next what should i do so there is a very big importance of this song so kali bajhi shooting de dauran thada matlab best moment jada halle vi tusi yaad karde ho koi bhi jo ka mota tuta tha acha aur best may worst siga acha worst acha papa pehla worst to shuru karde aur best jave ange action sequence siga mai da lat mar ke bench nu udana hunda hai na ohna ne mere padding itthe karti acha action master ne acha te bench aidon da hi siga ਓਕੇ ਵੀ ਸੋਲਿਡ ਉਹ ਸੌਫਟ ਨਹੀਂ ਸੀ ਬਣਾਇਆ ਤੇ ਬਸ ਉਹ ਜਿਹੜੀ ਪਹਿਲੀ ਫੱਟੀ ਸੀ ਵੀ ਜਿੱਥੇ ਇਹ ਟੱਚ ਕਰੂ ਵੀ ਉਹ ਟੁੱਟ ਜੂਗਾ ਓਕੇ ਓਕੇ ਤਾਂ ਜਦੋਂ ਮੈਂ ਭੱਜ ਆਇਆ ਦਾ ਕਿੱਕ ਕੀਤਾ ਆਪਾਂ ਐਦਾਂ ਮਾਰਦੇ ਆ ਨਾ ਅੰਗੂਠੇ ਦਾ ਨੌ ਉਹ ਵੱਜਿਆ ਪਹਿਲਾਂ ਇਹ ਪੈਡਿੰਗ ਦੇ ਨਾਲ ਉਹ ਨੌ ਹੀ ਉਤਰ ਗਿਆ ਤੇ ਅੱਛਾ ਉਹ ਵਰਸਟ ਸੀਗਾ ਇਟ ਵਾਸ ਵਰਸਟ ਯੈਸ ਬਟ ਸੀ ਅਗੇਨ ਆਮ ਸੇਇੰਗ ਹਾਂ

ਬਾਕੀ ਜਦੋਂ ਦੇਖੋ ਬਾਕੀ ਬੰਦੇ ਜਦੋਂ ਚੰਗੇ ਹੁੰਦੇ ਆ ਤਾਂ ਫਿਰ ਬੰਦਾ ਉਹੀ ਹੈ ਨਾ ਵੀ ਹਰ ਕੋਈ ਜੇ ਇਨਸਾਨ ਚੰਗਾ ਹੋਵੇ ਤਾਂ ਦੂਜਾ ਉਹਦੇ ਨਾਲ ਸ਼ਾਇਦ ਬਹੁਤ ਘੱਟ ਉਦੋਂ ਦਾ ਰਿਐਕਟ ਕਰਦਾ ਸੋ एवरीवन ਵਾਸ ਨਾਈਸ ਦੇਖ ਰਹੀ ਸੀ ਸਾਰੇ ਜੇ ਸਾਡੇ ਬਜ਼ੁਰਗ ਵੀ ਸੀਗੇ ਸੈਟ ਦੇ ਉੱਤੇ ਉਹ ਵੀ ਵਿਚਾਰੇ ਬਹੁਤ ਮਿਹਨਤ ਕਰ ਰਹੇ ਆ ਇਹ ਤਾਂ ਚਲੋ ਕਰ ਹੀ ਰਹੇ ਸੀਗੇ ਸੋ ਜਦੋਂ ਪਤਾ ਲੱਗਦਾ ਵੀ ਸਾਰੇ ਲੋਕ ਇੰਨੀ ਮਿਹਨਤ ਕਰ ਰਹੇ ਨੇ ਵੀ ਮੇਰੇ ਇੱਕ ਚਲ ਲੈਤੀ ਕੋਈ ਨਾ ਕਰ ਲੈਨੇ ਆ ਔਖਾ ਸੁਖ ਕਰ ਲਿਆ ਹੋ ਗਿਆ ਜੀ ਇਹ ਕਨੈਕਟੀਵਿਟੀ ਹੁੰਦੀ ਹੈ ਜੀ ਇੱਕ ਆਰਟਿਸਟ ਦੀ ਫਿਲਮ ਦੇ ਨਾਲ ਜਾਂ ਫਿਰ ਉਹਦੇ ਪ੍ਰੋਜੈਕਟ ਦੇ ਨਾਲ ਕਿ ਉਹ 100% ਆਪਣਾ ਦਿੰਦਾ ਹੈ ਹਮੇ ਕੁਝ ਵੀ ਹੋ ਜਾਵੇ ਦੇਖੋ ਜੀ ਇੰਟਰਸਟਿੰਗ ਗੱਲਾਂ ਹੋ ਰਹੀਆਂ ਨੇ ਇੱਥੇ ਤੇ ਹੁਣ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਲੈਂਦੇ ਆ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਆ ਜੀ ਪੀਟੀਸੀ ਸ਼ੋਕੇਸ ਦੇ ਵਿੱਚ ਬਹੁਤ ਮਜ਼ਾ ਆ ਰਿਹਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਕਿਉਂਕਿ ਗੱਲਾਂ ਹੋ ਰਹੀਆਂ ਜੀ ਆਪਣੇ ਇੰਡੀਆ ਦੀਆਂ ਇਹ ਹੈ ਇੰਡੀਆ ਗੈਵੀ ਪਾਜੀ ਸਾਡੇ ਨਾਲ ਨੇ ਡਾਇਰੈਕਟਰ ਸਾਹਿਬ ਸਾਡੇ ਨਾਲ ਨੇ ਸੋ ਸੁਪਰਸਟਾਰ ਨੇ ਜੀ ਸਾਡੀ ਪੰਜਾਬੀ ਇੰਡਸਟਰੀ ਦੇ ਤੇ ਹੁਣ ਬਾਲੀਵੁੱਡ ਦੇ ਵਿੱਚ ਵੀ ਇਹਨਾਂ ਨੇ ਪੂਰੇ ਪੈਰ ਫਸਾ ਲਏ ਹੋਏ ਨੇ ਕਿਉਂ ਭਾਜੀ ਸੋ ਬਾਲੀਵੁੱਡ ਫਿਲਮਾਂ ਜੇ ਮੈਂ ਪੰਜਾਬ ਦੀ ਗੱਲ ਕਰਾਂ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਤੁਸੀਂ ਆਲਰੇਡੀ ਰਾਜ ਕੀਤਾ ਹੋਇਆ ਜੀ ਸੋ ਜੇ ਪੰਜਾਬ ਦੀ ਗੱਲ ਕਰਾਂ ਤਾਂ ਪੰਜਾਬ ਤੋਂ ਤੁਹਾਨੂੰ ਕੀ ਐਕਸਪੈਕਟੇਸ਼ਨਸ ਨੇ ਬਹੁਤ ਜ਼ਿਆਦਾ ਜੀ ਪੰਜਾਬੀ ਤਾਂ ਹੁਣ ਸਭ ਤੋਂ ਪਹਿਲਾਂ ਤਾਂ ਜਦੋਂ ਕਿਉਂਕਿ ਇਹਨਾਂ ਨੇ ਜਦੋਂ ਚਲੋ ਆਪਾਂ ਵਰਲਡਵਾਈਡ ਰਿਲੀਜ਼ ਕਰਦੇ ਆਂ ਹਾਂਜੀ ਇੱਕ ਆਪਣੇ ਅੰਦਰ ਪੰਜਾਬੀ ਇੱਕ ਉਹ ਭਾਵਨਾ ਇੱਕ ਜੁੜੀ ਹੁੰਦੀ ਹੈ ਮੈਨੂੰ ਤਾਂ ਸਭ ਤੋਂ ਵੱਧ ਉਮੀਦਾਂ ਮੈਨੂੰ ਪੰਜਾਬ ਤੋਂ ਹੀ ਨੇ ਜੀ ਹਾਂ ਹਾਂ ਫੇ ਮੇਰੇ ਆਪਣੇ ਪੂਰਾ ਭਾਰਤ ਹੁਣ ਤਾਂ ਇਹ ਇੰਡੀਆ ਹੁਣ ਤਾਂ ਪੂਰਾ ਭਾਰਤ ਆਪਣੇ ਬਟ ਫਿਰ ਵੀ ਆਪਾਂ ਕਿਤੇ ਨਾ ਕਿਤੇ ਉਹ ਚੀਜ਼ ਹੁੰਦੀ ਹੈ ਵੀ ਬਹੁਤ ਉਮੀਦਾਂ ਜੀ ਬਾਕੀ ਤੁਹਾਡੀ ਸਾਰਿਆਂ ਦੀ ਆਪਣੀ ਫਿਲਮ ਹੈ ਇਹ ਇੰਡੀਆ ਸੋ ਮੈਨੂੰ ਉਮੀਦ ਹੈ ਕਿ ਤੁਸੀਂ ਜੀ ਮੇਰੀਆਂ ਉਮੀਦਾਂ ਨੂੰ ਪਾਰ ਲਾ ਦੋਗੇ ਤੁਸੀਂ ਸਟੋਰੀ ਦੀ ਗੱਲ ਕੀਤੀ ਹੈ ਕਿ ਤੁਸੀਂ ਕਲਰਸ ਦਿਖਾਇਆ ਅਲੱਗ-ਅਲੱਗ ਇੰਡੀਆ ਦੇ ਕੀ ਇੰਡੀਆ ਹੈ ਕੀ ਇਹ ਹੈ ਇੰਡੀਆ ਨਾਲੇ ਤੁਸੀਂ ਇਹ ਵੀ ਗੱਲ ਕੀ ਹੈ ਕਿ ਜਦੋਂ ਵੀ ਇਹ ਫਿਲਮ ਦੇਖ ਕੇ ਲੋਕੀ ਬਾਹਰ ਨਿਕਲਣਗੇ ਤਾਂ ਸੀਨਾ ਚੌੜਾ ਹੋਏਗਾ ਕਿ ਹਾਂ ਜੀ ਇਹ ਹੈ ਇੰਡੀਆ ਯੈਸ ਤੇ ਇਸ ਦੇ ਵਿੱਚ ਐਂਟਰਟੇਨਮੈਂਟ ਦੀ ਜੇ ਆਪਾਂ ਗੱਲ ਕਰੀਏ ਤਾਂ ਐਂਟਰਟੇਨਮੈਂਟ ਵੀ ਸਾਨੂੰ ਦੇਖਣ ਨੂੰ ਮਿਲੇਗਾ ਐਬਸੋਲੂਟਲੀ ਪੂਰੀ ਪਿਕਚਰ ਕੇ ਅੰਦਰ ਹੈ ਇਟਸ ਅ ਕੰਪਲੀਟ ਫੁੱਲ 2 ਆਵਰਸ 8 ਮਿੰਟ ਐਂਟਰਟੇਨਮੈਂਟ ਫਿਲਮ ਪੰਜ ਬਹੁਤ ਹੀ ਬਿਹਤਰੀਨ ਗਾਣੇ ਹੈ ਦੋ ਐਕਸ਼ਨ ਸੀਕੁਐਂਸਸ ਹੈ ਸੋ देयर देयर ਆ ਲਾਈਕ ਦਾ ਕਲਚਰ ਸ਼ੌਕ ਬਿਟ ਆਫ ਦਾ ਕਾਮੇਡੀ ਇਨ ਦਾ ਫਿਲਮ ਐਸ ਵੈਲ सो so लाइक like, आप बस इतना सोचिए कि बाहर से अगर कोई बंदा इंडिया आता है हाउ इज लाइफ रोटेट इन द फिल्म दैट जर्नी ये हाउ मीडिया ऑपरेट्स इन दिस कंट्री सबसे बड़ा चैलेंज ये था इस पिक्चर को बनाने टाइम कि आप एक प्रॉब्लम उठाइए लाइक देर सो मैनी फिल्म बींग मेड बिफोर कि आप देश की या तो गरीबी को उठाइए या करप्शन को उठाइए या सरकार को उठाइए या पॉलिटिक्स को उठाइए आज तक जो फिल्में बनी है वो ऐसी ही बनी है mm -hmm. ये पहली ऐसी फिल्म है जिसने दो घंटे आठ मिनट के अंदर पूरे इंडिया को एक साथ समेटा जिसमें हमने मीडिया इस देश की कैसा काम करती है लाइक वी आर सिटिंग एट योर चैनल मीडिया 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 एन रोल इतनी बड़ी पावर है है सर क्या बदलाव बोलते हो आप वो मीडिया ला सकती सो so, मीडिया की क्या जिम्मेदारी है पॉलिटिशियंस की क्या जिम्मेदारी है आम नागरिक की क्या चीज इजीभा फिल्म जो देश गए ਟਾਈਪ ਆਫ ਫਿਲਮ ਤਾਂ ਜਿਹੜੀਆਂ ਮੇਰੀਆਂ ਪਹਿਲੀਆਂ ਸੀਗੀਆਂ ਉਹ ਫੁਲੀ ਕਮਰਸ਼ੀਅਲ ਫਿਲਮ ਸੀਗੀਆਂ ਪਰ ਇਹਦੇ ਵਿੱਚ ਜੇ ਤੁਸੀਂ ਅਲੱਗ ਦੀ ਗੱਲ ਕਰਦੇ ਹੋ ਤਾਂ ਬਹੁਤ ਹੀ ਬਿਹਤਰੀਨ ਤਰੀਕੇ ਦੇ ਨਾਲ ਉਹ ਜਿਹੜੀ ਪੈਟ੍ਰੀਟਿਜ਼ਮ ਹੈਗੀ ਆ ਜਾਂ ਉਹ ਜਿਹੜੀਆਂ ਚੀਜ਼ਾਂ ਨੇ ਉਹਨੂੰ ਇੱਕ ਵਧੀਆ ਕਮਰਸ਼ੀਅਲ ਢੰਗ ਦੇ ਨਾਲ ਦਿਖਾਇਆ ਗਿਆ ਸੋ ਉੱਥੇ ਆਪਾਂ ਨੂੰ ਗੱਲਾਂ ਚੀਜ਼ਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਆਪਣੇ ਆਪ ਹੀ ਉਹ ਮਹਿਸੂਸ ਕਰਨਗੇ ਲੋਕ ਪਰ ਇਹ ਵੀ ਸਿਰਫ ਲੈਕਚਰ ਹੀ ਨਹੀਂ ਹੈਗਾ ਕਿਉਂਕਿ ਅੱਜ ਕੱਲ ਲੋਕ ਐਂਟਰਟੇਨਮੈਂਟ ਪੜਦੇ ਆ ਹਨਾ ਕਿਤੇ ਕੋਈ ਚਾਹੇ ਦੇਸ਼ ਦੀ ਆ ਚਾਹੇ ਕੋਈ ਸਿਆਣੀ ਅਗ ਲਗਦਾ ਯਾਰ ਕਿੱਥੇ ਗਿਆਨ ਛਾੜੇ ਜਾਣਾ ਛੱਡ ਪਰ ਸੋ ਇਹ ਹੁੰਦੇ ਆ ਪਰ ਇਸ ਇਹਦੇ ਵਿੱਚ ਗਿਆਨ ਨਹੀਂ ਛਾੜਿਆ ਹੋਇਆ ਜੇ ਗਿਆਨ ਛਾੜਿਆ ਤਾਂ ਬੜੇ ਵਧੀਆ ਤਰੀਕੇ ਨਾਲ ਛਾੜਿਆ ਸੋ ਕੀ ਸਿੱਖਨ ਨੂੰ ਮਿਲੇਗਾ ਆ ਲੋਕਾਂ ਨੂੰ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਆਈ ਐਮ ਅ ਇੰਡੀਅਨ ਐਂਡ ਆਮ ਅ ਪ੍ਰਾਊਡ ਇੰਡੀਅਨ ਆ ਲਵ ਮਾਈ ਕੰਟਰੀ ਇਹ ਸਿੱਖਨ ਨੂੰ ਬਿਲਕੁਲ ਇਹੀ ਚੀਜ਼ ਹੋਣੀ ਚਾਹੀਦੀ ਹੈ ਔਰ ਇਹੀ ਮਕਸਦ ਹੈ ਜੀ ਇਸ ਫਿਲਮ ਦਾ ਇਹ ਹੈ ਇੰਡੀਆ ਦਾ ਕਿ ਜੋ ਕਮੀ ਪੇਸ਼ੀਆਂ ਲੋਕਾਂ ਦੇ ਮਨ ਦੇ ਵਿੱਚ ਹੈਗੀਆਂ ਨੇ ਇੰਡੀਆ ਨੂੰ ਲੈ ਕੇ ਜਾਂ ਫਿਰ ਬਾਹਰ ਦੇ ਲੋਕ ਨੇ ਉਹਨਾਂ ਦੇ ਮਨ ਦੇ ਵਿੱਚ ਹੈਗੀਆਂ ਨੇ ਉਹ ਦੂਰ ਹੋ ਜਾਣ। ਇਹੀ ਚੀਜ਼ ਤੁਸੀਂ ਇਸ ਦੇ ਵਿੱਚ ਦੁਕਾਨ ਦੀ ਕੋਸ਼ਿਸ਼ ਕੀਤੀ ਹੈ। ਸੋ ਵਾਕੀ ਜੀ ਸਾਡੇ ਵੱਲੋਂ ਇਹੀ ਦੁਆ ਰਹੀਗੀ ਤੁਹਾਡੀ ਫਿਲਮ ਦੇ ਵਾਸਤੇ ਕੀ ਫਿਲਮ ਵਾਕਏ ਬਹੁਤ ਵਧੀਆ ਚੱਲੇ ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕਰੇ ਲੋਕੀ ਇਸ ਨੂੰ ਦੇਖਣ ਜਾਣ। ਬਾਕੀ ਗੈਵੀ ਭਾਜੀ ਮੈਂ ਕਹਿੰਦਾ ਛਾਜੋ ਤੁਸੀਂ ਹੈ। ਥੈਂਕ ਯੂ ਵੈਰੀ ਥੈਂਕ ਯੂ ਵੈਰੀ ਮੱਚ ਜੀ। ਥੈਂਕ ਯੂ ਵੈਰੀ ਮੱਚ ਸਪੋਰਟ ਕਰਿਓ। ਰਾਈਟ ਜੀ ਥੈਂਕ ਯੂ ਸੋ ਮੱਚ ਤੁਸੀਂ ਸਾਡੇ ਨਾਲ ਆਏ ਇਸ ਸ਼ੋਅ ਦੇ ਵਿੱਚ ਪੀਟੀਸੀ ਸ਼ੋਅਕੇਸ ਦੇ ਵਿੱਚ। ਥੈਂਕ ਯੂ ਸੋ ਮੱਚ ਸੱਚੇ ਗਾਲ ਜੀ। ਸੱਚੇ ਗਾਲ ਸਾਹਿ